गए Joe!
Oh,
ਬੜਾ ਵੱਡਾ ਜਾਲ ਬੁਣ ਕੇ ਸੰਸਾਰ ਦੇ ਗੱਲ ਇੱਕ ਭਾਈ ਦੇ ਰੂਪ ਵਿੱਚ ਪਾਉਣ ਵਾਲੇ ਬ੍ਰਾਹਮਣ ਮੈਂ ਪੁੱਛਣਾ ਪਿਛਲੇ ਦਿਨਾਂ ਵਿੱਚ ਇੱਕ ਛੋਟਾ ਜਿਹਾ ਮੈਸੇਜ ਲਿਖਿਆ ਸੀ ਜਿਹਦੇ ਵਿੱਚ ਮੁੱਢਲੇ ਆਰੰਭ ਦੇ ਲਫ਼ਜ਼ ਹੈ ਕਿ ਬ੍ਰਾਹਮਣਿਜ਼ਮ ਦੇ ਜਾਲ ਵਿੱਚ ਫਸੀ ਹੋਈ ਮਨੁੱਖਤਾ ਤੜਫੜਾ ਰਹੀ ਸੀ ਜਦੋਂ ਗੁਰੂ ਨਾਨਕ ਨੇ ਦੇਖਿਆ। ਗੁਰੂ ਨਾਨਕ ਇਨਕਲਾਬੀ ਸੰਘਰਸ਼ ਲੈ ਕੇ ਆਇਆ ਸੀ। ਅੱਜ ਮਨੁੱਖ ਸੁੱਖ ਦੀ ਮੰਜ਼ਿਲ ਵੱਲ ਕਿਉਂ ਨਹੀਂ ਵੱਧ ਰਿਹਾ, ਮਹਿਸੂਸ ਕਰ ਰਿਹਾ ਦੁੱਖ, ਦੁੱਖ ਮਹਿਸੂਸ ਕਰ ਰਿਹਾ, ਐਸੀ ਗੱਲ ਨਹੀਂ। ਹਰ ਪਾਸੇ ਮਨੁੱਖੀ ਕੌਮੀ ਚਿੰਤਾ ਦੀ ਆਵਾਜ਼ ਹੈ, ਪਰ ਮਨੁੱਖ ਇੰਨਾ ਆਤਮਿਕ ਤੌਰ ਤੇ ਕਮਜ਼ੋਰ ਪੈ ਚੁੱਕਾ ਹੈ ਕਿ ਉਹਨੂੰ ਇਹ ਪਤਾ ਨਹੀਂ ਸੁੱਖਾਂ ਦੀ ਮੰਜ਼ਿਲ ਵੱਲ ਜਾਣ ਵਾਸਤੇ ਕਿਸੇ ਸੰਘਰਸ਼ ਦੀ ਲੋੜ ਹੈ। ਮਨੁੱਖ ਸੰਘਰਸ਼ਸ਼ੀਲ ਬਿਲਕੁਲ ਨਹੀਂ, ਬਿਲਕੁਲ ਸੰਘਰਸ਼ਸ਼ੀਲ ਨਹੀਂ। ਹਰ ਇੱਕ ਚੀਜ਼ ਚਾਹੁੰਦਾ ਹੈ ਆਸਾਨੀ ਨਾਲ ਮਿਲ ਜਾਏ, ਸੰਘਰਸ਼ ਆਸਾਨੀ ਨਹੀਂ ਹੁੰਦਾ। ਗੁਰੂ ਨਾਨਕ ਸੰਘਰਸ਼ ਸ਼ੁਰੂ ਕਰਦੇ ਨੇ, ਕੋਈ ਆਮ ਮਨੁੱਖ ਜੋ ਕੁਝ ਨਹੀਂ ਕਰ ਸਕਦਾ ਉਹ ਕਰਕੇ ਸ਼ੁਰੂ ਕਰਦੇ ਨੇ। ਭਾਈ ਗੁਰਦਾਸ ਜੀ ਨੇ ਵੀ ਲਿਖਿਆ ਕਿ ਬਾਬਾ ਦੇਖੇ ਧਿਆਨਦਾਰ ਜਲਤੀ ਸਭ ਪ੍ਰਿਥਵੀ ਦਿਸਾਈ, ਬਾਜੋ ਗੁਰੂ ਗੁਬਾਰ ਹੈ, ਹੈ ਹੈ ਕਰਨ ਦੀ ਸੁਣੀ ਲੁਕਾਈ। ਹਾਏ ਹਾਏ ਦੀ ਆਵਾਜ਼ ਤਾਂ ਦੁੱਖਾਂ ਵਿੱਚੋਂ ਹੀ ਪੈਦਾ ਹੁੰਦੀ ਹੈ, ਜਿਹੜਾ ਦੁਖੀ ਨਹੀਂ ਉਹ ਹਾਏ ਕਿਉਂ ਆਖੇਗਾ। ਹਾਏ ਦੀ ਆਵਾਜ਼ ਦੁੱਖਾਂ ਦੀ ਪ੍ਰਤੀਕ ਹੈ ਤੇ ਬਾਬੇ ਨੇ ਚੁਫੇਰਿਓ ਦੇਖਿਆ ਹਾਏ ਹਾਏ ਦੀ ਆਵਾਜ਼ ਆ ਰਹੀ ਹੈ, ਹਾਏ ਹਾਏ ਕਰਦੀ ਸੁਣੀ ਲੁਕਾਈ ਤੇ ਸੰਘਰਸ਼ ਸ਼ੁਰੂ ਹੋਇਆ। ਬਾਬੇ ਭੇਖ ਬਣਾਇਆ, ਉਦਾਸੀ ਦੀ ਰੀਤ ਚਲਾਈ, ਕਿਉਂਕਿ ਸੰਘਰਸ਼ ਦਾ ਆਰੰਭ ਕਿਸੇ ਤਿਆਗ ਤੋਂ ਹੁੰਦਾ ਹੈ। ਜਿਹੜਾ ਮਨੁੱਖ ਤਿਆਗ ਨਹੀਂ ਸਕਦਾ ਸੁੱਖਾਂ ਨਾਲ ਲਿਪਟਿਆ ਹੋਇਆ ਹੈ, ਤਿਆਗਣ ਤੋਂ ਡਰਦਾ ਹੈ, ਭਾਵੇਂ ਤਿਆਗਣਾ ਪਵੇ ਨਾ ਪਵੇ ਇਹ ਗੱਲ ਵੱਖਰੀ ਹੈ, ਪਰ ਤਿਆਗ ਦੇ ਸ਼ਬਦ ਤੋਂ ਡਰਦਾ ਹੈ, ਉਹ ਮਨੁੱਖ ਸੰਘਰਸ਼ਸ਼ੀਲ ਨਹੀਂ ਹੋ ਸਕਦਾ। ਅੱਗੇ ਵਧਣ ਲਈ ਪਿਛਾ ਕੁਛ ਛੱਡਣਾ ਪੈਣਾ ਹੈ, ਇਹ ਤਾਂ ਸੁਭਾਵਿਕ ਗੱਲ ਹੈ। ਜਿਹੜਾ ਮਨੁੱਖ ਤੁਰੇਗਾ, ਜਿਹੜਾ ਕਿਸੇ ਮੰਜ਼ਿਲ ਵੱਲ ਵਧੇਗਾ, ਉਹ ਪਿੱਛੇ ਕੁਝ ਛੱਡਣਾ ਪੈਣਾ ਹੈ। ਜਿਹੜਾ ਪਿਛਾ ਕੁਛ ਨਹੀਂ ਛੱਡ ਸਕਦਾ ਉਹ ਪਹਿਲੇ ਕਦਮ ਤੇ ਰੁਕਿਆ ਰਹਿ ਜਾਂਦਾ, ਸੰਘਰਸ਼ਸ਼ੀਲ ਨਹੀਂ ਹੁੰਦਾ। ਸਭ ਤੋਂ ਪਹਿਲਾਂ ਬਾਬੇ ਨੇ ਸੰਘਰਸ਼ ਸ਼ੁਰੂ ਕੀਤਾ, ਪਰਿਵਾਰ ਦੀ ਕਾਰੋਬਾਰ ਦੀ ਮਮਤਾ ਸਾਰੀ ਤਿਆਗੀ, ਪਿਆਰ ਮਮਤਾ ਭਾਈਚਾਰਾ ਇਹ ਨਹੀਂ ਕਿ ਤਿਆਗਣਾ ਸਿਖਾਇਆ, ਆਖਿਆ ਤੇਰੇ ਅੰਦਰ ਤਿਆਗ ਦੀ ਬਿਰਤੀ ਹੋਣੀ, ਕਿਉਂਕਿ ਸੰਘਰਸ਼ ਹੀ ਹੋਣ ਲੱਗਿਆ ਬਿਰਤੀ ਹੁੰਦੀ ਹੈ।
ਤੁਮੇ ਇਹ ਕਰ ਰਿਹਾ ਸਰਕਾਰ ਮੈਂ ਇਸ ਵਿਸਥਾਰ ਵੱਲ ਨਾ ਜਾਵਾਂ ਸੰਘਰਸ਼ ਕਰਨਾ ਪਿਆ ਬਾਬੇ ਨੂੰ ਸੰਸਾਰ ਲਈ ਕਿਉਂ ਕਿਉਂਕਿ ਦੁਨੀਆਂ ਦੇ ਲੋਕ ਬ੍ਰਹਮਣਿਜ਼ਮ ਦੇ ਜਾਲ ਵਿੱਚ ਫਸੇ ਹੋਏ ਤੜਫੜਾ ਰਹੇ ਸਨ ਤੇ ਜਦੋਂ ਬਾਬੇ ਨੇ ਉਹ ਜਾਲ ਤੋੜਿਆ ਤਾਂ ਬ੍ਰਾਹਮਣ ਨੇ ਪਰੇਸ਼ਾਨ ਹੋਣਾ ਹੀ ਸੀ ਬਸ ਇੱਥੋਂ ਸੰਘਰਸ਼ ਸ਼ੁਰੂ ਹੋ ਗਿਆ ਜਾਲ ਤੋੜਿਆ ਤੇ ਉਸ ਜਾਲ ਦਾ ਸਭ ਤੋਂ ਵੱਡਾ ਹਿੱਸਾ ਸੀ ਮਨੁੱਖਤਾ ਵਿੱਚ ਟਕਰਾਓ ਪੈਦਾ ਕਰਨ ਲਈ ਝੂਠ ਸੋਚਦਾ ਘਰ ਘਰ ਫੈਲ ਜਾਣ ਵਾਲੀ ਚੀਜ਼ ਤੇ ਉਹ ਝੂਠ ਕੇਵਲ ਖਾਧੇ ਹੋਏ ਦਾ ਖਾਣਾ ਨਹੀਂ ਕਿਸੇ ਛੋਹ ਤੋਂ ਵੀ ਮਨੁੱਖ ਝੂਠਾ ਹੋ ਜਾਂਦਾ ਕਿਸੇ ਪਰਛਾਵੇਂ ਦੇ ਥੱਲੇ ਲੰਘ ਜਾਣ ਨਾਲ ਵੀ ਮਨੁੱਖ ਝੂਠਾ ਹੋ ਜਾਂਦਾ ਹੈ ਜੇ ਸ਼ੂਦਰ ਦਾ ਪਰਛਾਵਾਂ ਪੈ ਜਾਏ ਕੈਸੀ ਝੂਠ ਪੈਦਾ ਕਰ ਦਿੱਤੀ ਛੋ ਜਾਣਾ ਤਾਂ ਕਿਤੇ ਰਿਹਾ ਝੂਠਾ ਖਾ ਲੈਣਾ ਤਾਂ ਕਿਤੇ ਰਿਹਾ ਕੇਵਲ ਸ਼ੂਦਰ ਦਾ ਪਰਛਾਵਾਂ ਪੈ ਜਾਏ ਲੰਘੇ ਜਾਂਦੇ ਦਾ ਉਹਦੇ ਨਾਲ ਵੀ ਮਨੁੱਖ ਝੂਠਾ ਹੋ ਜਾਂਦਾ ਹੈ ਹੁਣ ਇਹ ਸਾਰੀ ਚੀਜ਼ ਮਨੁੱਖ ਦੇ ਦਿਮਾਗ ਵਿੱਚ ਇੱਕ ਸਭ ਤੋਂ ਵੱਡੀ ਜ਼ਹਿਰ ਭਰਨ ਵਾਲੀ ਸੀ ਨਫ਼ਰਤ ਉਹਦੇ ਨਾਲ ਮਨੁੱਖ ਨੂੰ ਮਨੁੱਖ ਤੋਂ ਨਫ਼ਰਤ ਹੋ ਗਈ ਜਿੱਥੇ ਵੀ ਝੂਠ ਸੋਚ ਦੀ ਗਹਿਰਾਈ ਨਾ ਸਮਝੀ ਜਾਏਗੀ ਉੱਥੇ ਝੂਠ ਸੋਚ ਦੇ ਬਹਾਨੇ ਨਫ਼ਰਤ ਪੈਦਾ ਹੋਏਗੀ ਇੱਕ ਕੌੜੀ ਸੱਚਾਈ ਕਦੀ ਧਿਆਨ ਦਿਓ ਜੇ ਸਾਡੇ ਘਰਾਂ ਵਿੱਚ ਸਿੱਖ ਸਮਾਜ ਵਿੱਚ ਵੀ ਅੱਜ ਨਹੀਂ ਆ ਗਈ ਕਿਹੜੀ ਅਜੀਬ ਗੱਲ ਹੈ ਅੱਜ ਅੰਮ੍ਰਿਤਧਾਰੀ ਸਿੱਖ ਵੀ ਅੰਮ੍ਰਿਤਧਾਰੀ ਸਿੱਖ ਦੇ ਬਾਰੇ ਸੋਚਦਾ ਹੈ ਇੱਕ ਕਾਰਨ ਦਾ ਧਾਰਨੀ ਹੈ ਇਹਦੇ ਜੀਵਨ ਦੀ ਕੀ ਮਿਆਰ ਉਚਾਈ ਹੈ ਕਿ ਮੈਂ ਇਹਦੇ ਨਾਲ ਬੈਠ ਕੇ ਖਾਵਾਂ ਨਹੀਂ ਤੇ ਨਹੀਂ ਮੈਨੂੰ ਸੋਚੀ ਪੈ ਗਿਆ ਝੂਠ ਤੇ ਸੋਚ ਦਾ ਮਿਆਰ ਇੱਥੋਂ ਤੱਕ ਪੈਦਾ ਕਰ ਦਿੱਤਾ ਕਿ ਮਨੁੱਖ ਮਨੁੱਖ ਤੋਂ ਨਫ਼ਰਤ ਪੈਦਾ ਕਰ ਔਰ ਨਫ਼ਰਤ ਸੰਸਾਰ ਦੇ ਸਮਾਜ ਵਿੱਚ ਸਭ ਤੋਂ ਵੱਡੀ ਦੀਵਾਰ ਤੇ ਦੁਖਾਂਤ ਹੈ ਜਿਸ ਪਰਿਵਾਰ ਵਿੱਚ ਨਫ਼ਰਤ ਆ ਜਾਏ ਉਹ ਪਰਿਵਾਰ ਕਦੀ ਇਕੱਠੇ ਨਹੀਂ ਰਹਿੰਦੇ ਮੁਹੱਬਤ ਨਹੀਂ ਰਹਿੰਦੀ ਪਿਆਰ ਨਹੀਂ ਰਹਿੰਦਾ ਜੇ ਕਿਸੇ ਦੇਸ਼ ਵਿੱਚ ਵੱਖ ਵੱਖ ਕੌਮਾਂ ਦੇ ਨਾਮ ਤੇ ਨਫ਼ਰਤ ਹੋ ਜਾਏ ਉਹ ਦੇਸ਼ ਕਦੀ ਸੁਖੀ ਨਹੀਂ ਵਸਦੇ ਇੱਥੇ ਤਾਂ ਕੌਮ ਦਾ ਜਾਂ ਦੇਸ਼ ਦਾ ਮਸਲਾ ਵੀ ਨਹੀਂ ਸੀ ਇਹ ਤੇ ਮਨੁੱਖ ਮਾਤਰ ਨਹੀਂ ਸੀ ਤੇ ਝੂਠ ਦਾ ਲਫ਼ਜ਼ ਇੰਨਾ ਪ੍ਰਚਲਿਤ ਕਰ ਦਿੱਤਾ ਗਿਆ ਹੁਣ ਤਾਂ ਕੋਈ ਇੱਕ ਟਿਕਾਣਾ ਮਿਆਰ ਵੀ ਨਾ ਰਿਹਾ ਹੁਣ ਜਿਹੜੀ ਚੀਜ਼ ਸੰਸਾਰ ਨੂੰ ਦੁਖੀ ਕਰਨ ਵਾਲੀ ਸੀ ਗੁਰੂ ਨਾਨਕ ਨੇ ਉਸੇ ਲਈ ਸੰਘਰਸ਼ ਕਰਨਾ ਸੀ ਹੁਣ ਬਾਬਾ ਕਬੀਰ ਜੇ ਗੁਰੂ ਨਾਨਕ ਦੇ ਨਾਲ ਬੈਠੇ ਨੇ ਮੈਂ ਪਿਛਲੇ ਦਿਨ ਦੱਸ ਕੀਤੀ ਤਾਂ ਹੀ ਬਿਠਾਇਆ ਭਗਤਾਂ ਨੂੰ ਕਿਉਂਕਿ ਵਿਚਾਰਧਾਰਾ ਇੱਕ ਹੈ ਹੁਣ ਬਾਬਾ ਕਬੀਰ ਉਸੇ ਸਬਜੈਕਟ ਨੂੰ ਛੂਹਦੇ ਜਿਹੜਾ ਸਬਜੈਕਟ ਗੁਰੂ ਨਾਨਕ ਨੇ ਸ਼ੁਰੂ ਕੀਤਾ ਸੀ ਭਾਈ ਲਾਲੋ ਦੇ ਘਰ ਗਏ ਨੇ ਕਿਉਂ ਗਏ ਭਾਈ ਲਾਲੋ ਦੇ ਘਰ ਕਿਉਂ ਗਏ ਇਹੋ ਹੀ ਤੇ ਉਲਾਮਾ ਸੀ ਗੁਰੂ ਨਾਨਕ ਲਈ ਮਲਕ ਭਾਗੋ ਦੇ ਦਰਬਾਰ ਵਿੱਚ ਉਹਦੇ ਮਾਲਪੂੜੇ ਖਾਣ ਵਾਲੇ ਬ੍ਰਾਹਮਣਾਂ ਦਾ ਸਾਹਿਬ ਦੇਖੋ ਇੱਕ ਲਾਲੋ ਦੇ ਘਰ ਬੈਠਾ ਸ਼ੂਦਰ ਦੇ ਘਰ ਬੈਠਾ ਤਰਖਾਣ ਹੈ ਜਿਹਨੂੰ ਅੱਜ ਕੱਲ੍ਹ ਅਸੀਂ ਰਾਮਗੜੀ ਆਖਦੇ ਹਾਂ ਤਰਖਾਣ ਹੈ ਤੇ ਗੁਰੂ ਨਾਨਕ ਬੈਠਾ ਹੋਵੇ ਉਹਦੇ ਘਰ ਉੱਥੇ ਹੀ ਖਾ ਰਿਹਾ ਹੋਵੇ ਉੱਥੇ ਹੀ ਬਸੇਰਾ ਹੋਵੇ
ते भला एक शिकायत नहीं बन जाएगी कि इन्हें झूठ सुच का भी ध्यान नहीं रखिया। गुरु नानक देव जी इल्जाम सी, मुढ़ला इल्जाम सी। पर उनका जवाब जिथे गुरु नानक ने दिता ना मार पूजा उत्ते कुदरत की रोटी विचों जिवें आपां आखने ये समझा के ये नहीं कि फिजिकली कोई उनके खून या उनके दुध कटिया नहीं समझा दिता भी इनके मनुखता का खून किवें है क्योंकि ये मालपूड़िया का भोजन बनिया किवें किसी गरीब का खून इकट्ठा करके भाव उनकी रोजी उनके हक मार के हक पराया नानका उस सूर उस गाय गुरपीर हामा ता मरे जाम मुर्दार इनू मुर्दार रखिया इनके खून है मनुख पाबो तेरे उस मार पूड़िया विच पराया हक खादा होया है मारिया होया है इसलिए मैनू इनके गरीबां का खून दिसदा है। भाई लालो की कुदरे की रोटी एक किरत की रोटी है इसलिए उनके मैं दुध नजर आता है। बाबा कबीर जी ने एक थवे शब्द है असी समझने हरे कृष्ण के संबंध में है पर उनके एक गल लभनी उनके बड़ी खूबसूरत गल आखी है कहते हैं खीर समान साग मैं साग विच्चों मैनू खीर का स्वाद रस आ रहा है इनके इन्नी मिठास है क्योंकि किरत दी है। पर अज बाबा कबीर जी ने कोल बैठ के बड़ा खूबसूरत जवाब दिता कहने लगे मैं तेरी झूठ की परिभाषा तेनू समझाना चाहती तू सारा धर्म झूठ सोच ते खड़ा कर लिया है। धर्म का सारा मसला झूठ सोच ते खड़ा 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 ये गल माड़ी नहीं कह लगी गल माड़ी नहीं पर तेरे निगाह विच झूठ सोच है कि ये गल समझने वाली है। सच सोच दोनों का आपस में बड़ा रिश्ता है जिथे सोच नहीं उथे सच नहीं जिथे सच नहीं उथे सोच नहीं इन्हां दा रिश्ता है अटुट रिश्ता पर ओ सोच है कि ते ओ झूठ है कि जिंदे तो बदलवे रूप विच सोच प्राप्त करनी है। लो ये गल बाबा कबीर समझांदे ने कहिंदे जो तू समझना है जो भरम वहम समाज विच तू खड़े कीते ने मैं उन्हां दे संबंध विच ही तैनू संबंध समझाना चाहना कहन लगे झूठे ही फल लगे माता ने जन्म दिता राजा महाराजा ने दिता पीरा फकीर ने दिता। मैं ते कल एक गल लिख रहा सर जिंद आरंभ में मैं ये गल कहनी पी गुरु नानक का नानक जरा माता तृप्ता ने जगया ठीक है गुरु गुरु आई रब वालों आई वो शब्द गुरु से पर नानक ने तो जन्म लिया ना माता तृप्ता के घर जिसने जन्म लिया उनका नाम गुरु नानक नहीं उन्होंने रखे उन्होंने नाम नानक ही रखे इसलिए मैं उत्थे पहले लफ्ज़ वरते सन भी गुरु नानक दा नानक माता तृप्ता ने जन्मिया ते जिस मां ने नानक जन्मिया वो झूठी हो गई
ਜਿਹੜੀ ਮਾਂ ਜਨਮ ਦਿੰਦੀ ਹੈ, ਲੋਕ ਆਖਦੇ ਨੇ ਇਹਨੂੰ ਸੂਤਕ, ਇਹਨੂੰ ਕਿਸੇ ਨੇ ਕਰ ਨਹੀਂ ਲਿਆ, ਕੋਈ ਇਹਦੇ ਘਰ ਨਾ ਆਵੇ, ਇਹਦੇ ਕੱਪੜੇ ਨੂੰ ਵੀ ਨਹੀਂ ਚੁੱਕਦਾ। ਜਿਹਨਾਂ ਬਜ਼ੁਰਗਾਂ ਨੇ ਪੁਰਾਤਨ ਸਮਾਂ ਵੇਖਿਆ ਉਹਨਾਂ ਨੂੰ ਪਤਾ, ਜਦੋਂ ਘਰ ਵਿੱਚ ਕੋਈ ਬੱਚਾ ਜਨਮ ਲੈਂਦਾ ਸੀ ਉਹ ਮਾਂ ਜੂਠੀ ਹੋ ਜਾਂਦੀ ਸੀ, ਉਹਦੇ ਹੱਥ ਦਾ ਉਹਨੂੰ ਚੌਕੇ ਵੀ ਨਹੀਂ ਸਨ ਵੜਨ ਦਿੰਦੇ। ਕੁਝ ਦਿਨਾਂ ਬਾਅਦ ਪੰਡਿਤ ਬ੍ਰਾਹਮਣ ਆਉਂਦਾ ਸੀ, ਉਹ ਆਪਣੇ ਢੰਗ ਨਾਲ ਕਿਰਿਆ ਕਰਮ ਕਰਦਾ ਸੀ ਤੇ ਉਸ ਤੋਂ ਬਾਅਦ ਉਹਨੂੰ ਚੌਂਕੇ ਚੜਾਉਂਦੇ ਸਨ। ਅੱਜ ਨੂੰ ਅੱਜ ਇਸ ਮਾਤਾ ਨੂੰ ਚੌਂਕ ਉਹਨੂੰ ਦੇ, ਇਹ ਝੂਠੀ ਹੈ, ਇਹ ਚੌਂਕੇ ਚ ਬਣੇਗੀ, ਚੌਂਕਾ ਹੀ ਝੂਠਾ, ਇਹਦੇ ਹੱਥ ਦਾ ਕੋਈ ਖਾ ਨਹੀਂ ਸਕਦਾ, ਚਿੜਦੇ ਨਾ ਕਿਸੇ ਨੂੰ। ਪੀਰਾਂ ਫਕੀਰਾਂ ਨੂੰ ਜਨਮ ਦੇਣ ਵਾਲੀ ਝੂਠੀ ਹੋ ਗਈ, ਉਹਨੂੰ ਸੂਚਕ ਪੈ ਗਿਆ, ਕਿਉਂਕਿ ਮਾਲਕ ਉਹਦੇ ਕਮਰੇ ਵਿੱਚ ਰਹਿੰਦਾ, ਉਹਦੇ ਕੋਲ ਰਹਿੰਦਾ, ਇਸ ਲਈ ਉਹ ਵੀ ਕਿਸੇ ਦੇ ਘਰ ਨਹੀਂ ਜਾ ਸਕਦਾ, ਉਹਦੇ ਘਰ ਵੀ ਕੋਈ ਨਾ ਆਵੇ, ਝੂਠਾ ਹੋ ਗਿਆ ਤੇ ਉਹ ਬੱਚਾ ਵੀ ਝੂਠਾ ਹੋ ਗਿਆ, ਕਿਉਂਕਿ ਉਹਨੇ ਜਨਮ ਲਿਆ। ਕਹਿੰਦੇ ਮੇਰਾ ਇਹ ਨਹੀਂ ਕਿ ਜਨਮ ਲੈਣ ਵਾਲਾ ਵੀ ਝੂਠਾ ਹੋ ਗਿਆ, ਉਹ ਜਾਣ ਲੱਗਿਆ ਵੀ ਝੂਠ ਹੀ ਖਿਲਾਰ ਗਿਆ। ਜਿਸ ਘਰ ਕੋਈ ਮੌਤ ਹੋ ਜਾਏ ਨਾ, ਉੱਥੇ ਵੀ ਕੁਝ ਦਿਨ ਦਾ ਸੂਤਕ ਮੰਨਿਆ ਜਾਂਦਾ ਹੈ, ਵੀ ਤੁਹਾਨੂੰ ਸਰਗੁਣ ਦੇ ਬਾਣੀ ਵਿੱਚ ਐਵੇਂ ਨਹੀਂ ਆਖ ਦਿੱਤਾ, ਗੋਹੇ ਤੇ ਲੱਕੜੀ ਅੰਦਰ ਕੀੜਾ ਹੋਏ, ਜਦੋਂ ਲੱਕੜੀ ਅਸੀਂ ਬਲਦੇ ਹਾਂ ਕੀੜੇ ਜਲਦੇ ਨੇ ਮਰਦੇ ਨੇ, ਉਹ ਮੌਤ ਵਾਲਾ ਸੂਤਕ ਤੇ ਸਾਡੇ ਕਿਚਨ ਵਿੱਚ ਸਾਡੇ ਚੁੱਲ੍ਹੇ ਵਿੱਚ ਆ ਜਾਂਦਾ, ਉਹਦੇ ਵਿੱਚ ਹੀ ਉਸ ਸੂਤਕ ਤੇ ਹੀ ਭੋਜਨ ਪੱਕਦਾ, ਉਹਦੇ ਵਿੱਚ ਕੀੜੇ ਨੇ ਜਨਮ ਵੀ ਲੈ ਰਹੇ ਨੇ, ਅਸੀਂ ਜਦੋਂ ਜਲਾਉਂਦੇ ਹਾਂ ਲੱਕੜਾਂ ਉਹਦੇ ਵਿੱਚ ਉਹ ਮਰਦੇ ਵੀ ਨੇ, ਸੜਦੇ ਵੀ, ਮਰਨ ਦਾ ਸੂਤਕ ਲੱਗਦਾ, ਜਨਮ ਦਾ ਵੀ ਸੂਤਕ, ਮਰਨ ਦਾ ਵੀ ਸੂਤਕ ਆਵੇ, ਝੂਠੇ ਜਾਏ ਵੀ ਝੂਠੇ ਆਉਂਦਾ ਵੀ ਝੂਠ ਖਿਲਾਰ ਗਿਆ, ਮਾਂ ਨੂੰ ਵੀ ਝੂਠਾ ਕਰ ਗਿਆ, ਪਿਓ ਨੂੰ ਵੀ ਝੂਠਾ ਕਰ ਗਿਆ, ਆਪ ਵੀ ਝੂਠਾ, ਤੇ ਜਿਸ ਦਿਨ ਗਿਆ ਉਸ ਦਿਨ ਵੀ ਝੂਠ ਖਿਲਾਰ ਗਿਆ। ਮੰਨੋ ਝੂਠਾ ਹੀ ਜੰਮਿਆ ਸੀ, ਝੂਠਾ ਹੀ ਮਰਿਆ, ਖਿਆਲ ਕੈਸਾ ਦੇ ਰਿਹਾ ਨੇ ਕਹਿੰਦੇ ਜਿੱਥੇ ਬੈਠ ਕੇ ਮੈਂ ਵੀ ਭੋਜਨ ਛਕ ਲਾਂ, ਕਿਉਂਕਿ ਮੈਨੂੰ ਤੇ ਸੁੱਚੀ ਥਾਂ ਕੋਈ ਨਹੀਂ। ਭਲਾ ਤੂੰ ਤੇ ਆਪਣਾ ਭੁਲੇਖਾ ਦੂਰ ਕਰਨ ਲਈ ਜਾਂ ਆਪਣੇ ਵਹਿਮ ਨੂੰ ਇੱਕ ਜਸਟੀਫਿਕੇਸ਼ਨ ਦੇਣ ਲਈ ਤੂੰ ਕੀਤਾ ਕੀ ਵੀ ਇੱਕ ਲਕੀਰ ਫੇਰ ਲਈ, ਜਿਹਨੂੰ ਕਾਰ ਆਖਦੇ ਨੇ, ਦੇ ਕੇ ਚੌਕਾ ਕੰਢੀ ਕਾਰ ਕਾਰ ਕਰ ਲਈ, ਇੱਕ ਲਕੀਰ ਫਿਰ ਲਈ, ਤੇ ਆਖਦੇ ਟਾਈਮ ਦੇ ਅੰਦਰ ਕੋਈ ਸੂਤਕ ਵਾਲਾ ਨਾ ਆਵੇ, ਕੋਈ ਮਾੜਾ ਆਦਮੀ ਜਿਹਦੇ ਨਾਲ ਭੇਟ ਹੋ ਸਕਦੀ ਹੋਵੇ, ਝੂਠ ਹੋ ਸਕਦਾ, ਉਹ ਨਾ ਬੜੇ, ਮੈਂ ਇੱਥੇ ਬੈਠ ਕੇ ਭੋਜਨ ਛਕਣਾ। ਪਰ ਬਾਬਾ ਕਰੀਰ ਕਹਿਣ ਲੱਗੇ ਜਿੱਥੇ ਬੈਠ ਕੇ ਤੂੰ ਭੋਜਨ ਛਕਣਾ ਤੇ ਤੂੰ ਕਹਿੰਦਾ ਵੀ ਇਹਨੇ ਇੱਥੇ ਕਾਰ ਕੱਢ ਲਈ, ਲਕੀਰ ਫਿਰ ਲਈ, ਇਹ ਥਾਂ ਪਵਿੱਤਰ ਹੋ ਗਈ, ਇੱਥੇ ਮੈਂ ਬੈਠ ਕੇ ਭੋਜਨ ਖਾ ਸਕਣਾ। ਕਹਿਣ ਲੱਗੇ ਮੈਂ ਤੈਨੂੰ ਉਸੇ ਥਾਂ ਦਾ ਟਿਕਾਣਾ ਦੱਸਣਾ, ਪਹਿਲਾ ਸੁੱਚਾ ਆਪ ਹੋਏ, ਪਹਿਲਾ ਸੁੱਚਾ ਆਪ ਹੋਏ, ਸੁੱਚੇ ਬੈਠਾ ਸੁੱਚੇ ਅੱਗੇ ਰੱਖੇ ਕੋਈ ਆਪਣੇ ਵੱਲੋਂ ਹੱਥ ਨੂੰ ਧੋ ਕੇ
ਸੁੱਚਾ ਹੋ ਕੇ ਜੇਵਿਆ ਭਾਵ ਖਾਣ ਲੱਗਾ। ਖਾਣ ਤੋਂ ਪਹਿਲਾਂ ਸ਼ਲੋਕ ਪੜ੍ਹੇ ਸ਼ਾਸਤਰਾਂ ਦੇ, ਵੇਦਾਂ ਦੇ, ਮੈਂ ਹੋਰ ਸੁੱਚਾ ਹੋ ਜਾਵਾਂਗਾ। ਪਰ ਗੁਰੂ ਨਾਨਕ ਨੇ ਬੜੀ ਖੂਬਸੂਰਤ ਗੱਲ ਕੀਤੀ, ਕਹਿਣ ਲੱਗੇ ਕੋਠੀ ਚਾਹੀਂ ਸੁੱਟਿਆ। ਇਹ ਇੰਨਾ ਕੁਝ ਸੁੱਚਾ ਪੈਦਾ ਕਰਕੇ ਸੁੱਟਿਆ ਕਿੱਥੇ, ਪਾਇਆ ਕਿੱਥੇ? ਅੰਨ ਦੇਵਤਾ, ਪਾਣੀ ਦੇਵਤਾ, ਬਸੰਤਰ ਦੇਵਤਾ, ਲੂਣ ਪੰਜਵਾਂ ਪਾਇਆ ਗਿਰਤ, ਤਾਂ ਹੋਆ ਪਾਕ ਪਵਿੱਤ, ਪਾਪੀ ਸਿਉਂ ਤਨ ਕੱਢਿਆ। ਚੰਗੀਆਂ ਪਵਿੱਤਰ ਚੀਜ਼ਾਂ ਜਿਹੜੀਆਂ ਦੇਵਤਿਆਂ ਦੇ ਬਰਾਬਰ, ਤੂੰ ਆਪਣੀ ਜ਼ਬਾਨੋਂ ਹੀ ਆਖਣਾ ਇਹ ਦੇਵਤੇ ਨੇ, ਤੇ ਉਹਨਾਂ ਸਾਰੇ ਦੇਵਤਿਆਂ ਨੂੰ ਜਦੋਂ ਤੂੰ ਖਾ ਲਿਆ, ਭੋਜਨ ਕਰ ਲਿਆ, ਤੂੰ ਤਾਂ ਬੜਾ ਗੁਨਾਹਗਾਰ ਹੈ। ਤੂੰ ਤਾਂ ਦੇਵਤੇ ਹੀ ਦੇਵਤੇ ਨਹੀਂ ਰਹਿਣ ਦਿੱਤੇ, ਦੇਵਤਾ ਦੀ ਤਾਂ ਪੂਜਾ ਹੋਣੀ ਚਾਹੀਦੀ ਸੀ। ਦੇਵਤੇ ਕਹਿੰਦੇ ਉਹਨੂੰ ਜਿਹਨਾਂ ਦੀ ਪੂਜਾ ਹੋਵੇ, ਦੇਵਤਿਆਂ ਦੀ ਤਾਂ ਪੂਜਾ ਹੋਣੀ ਚਾਹੀਦੀ ਸੀ, ਪਰ ਤੇਰੀ ਸੰਗਤ ਕਰਕੇ, ਤੇਰੇ ਗ੍ਰਹਿਣ ਕਰਨ ਨਾਲ ਉਹ ਦੇਵਤੇ ਵਿਸ਼ਟਾ ਹੋ ਗਏ, ਜਿਹਨਾਂ ਦੀ ਪੂਜਾ ਹੋਣੀ ਚਾਹੀਦੀ ਸੀ। ਹੁਣ ਲੋਕ ਉਹਨਾਂ ਨੂੰ ਵੇਖ ਕੇ ਥੋਕਾਂ ਸੁੱਟਦੇ ਨੇ, ਕਹਿਣ ਲੱਗੇ ਅੰਨ ਦੇਵਤਾ, ਪਾਣੀ ਦੇਵਤਾ, ਬਸੰਤਰ ਦੇਵਤਾ, ਲੂਣ ਪੰਜਵਾਂ ਪਾਇਆ ਕਿਰਤ, ਤਾਂ ਹੋਆ ਪਾਕ ਪਵਿੱਤ, ਪਾਪੀ ਸਿਉਂ ਤਨ ਗੱਡਿਆ, ਠੁੱਕਾਂ ਪਈਆਂ ਤਿੱਤ। ਦੇਵਤਿਆਂ ਨੂੰ ਵਿਸ਼ਵਾਸ ਕਰ ਦਿੱਤਾ, ਤੇ ਤੂੰ ਸਮਝਦਾ ਖਰੇ ਮੈਂ ਪਵਿੱਤਰ ਹਾਂ? ਸ਼ੇਰੀ ਆਪਣੀ ਗੁਰਮ ਤੋਂ ਗੁਰੂ ਨਾਨਕ ਜੀ ਆਖਿਆ, ਕਹਿਣ ਲੱਗੇ ਭਲਿਆ ਕੁਬੁੱਧ ਡੂਮਨੀ, ਜਿਹਨਾਂ ਨੂੰ ਘਟੀਆ ਤੇ ਨੀਵੀਆਂ ਜ਼ਾਤਾਂ ਸਮਝ ਕੇ ਬ੍ਰਾਹਮਣ ਇਹ ਫੈਸਲਾ ਦਿੰਦਾ ਸੀ ਵੀ ਇਹਨਾਂ ਦੀ ਪਰਛਾਵਾਂ ਵੀ ਨਹੀਂ ਲੈਣਾ। ਕਹਿਣ ਲੱਗੇ ਡੂਮਨੀ ਜਿਹੜੀ ਹੈ ਉਹ ਹੈ ਕਬੁੱਧ, ਜਿਹੜੀ ਭੈੜੀ ਮਰਦ ਹੈ, ਕਬੁੱਧ ਡੂਮਣੀ, ਕੁਦਾਇਆ ਕਸਾਇਨ, ਜਿਹੜੀ ਬਿਰਤੀ ਹੈ ਅੰਦਰ ਵਸਤਾ, ਜੇ ਕਬੁੱਧੀ ਆ ਜਾਏ ਤੇ ਮਸਲੋ ਡੂਮਣੀ ਆ ਗਏ, ਜੇ ਕੁਦਾਇਆ ਆ ਜਾਏ ਅੰਦਰੋਂ ਦਇਆ ਖਤਮ ਹੋ ਜਾਏ ਤਾਂ ਸਮਝੋ ਕਸਾਈ ਅੰਦਰ ਆ ਗਿਆ। ਕਬੁੱਧ ਡੂਮਣੀ, ਕੁਦਾਇਆ ਕਸਾਇਨ, ਪਰ ਨਿੰਦਾ ਘੱਟ ਝੂੜੀ, ਜੇ ਕਿਸੇ ਦੇ ਪ੍ਰਾਏ ਨਿੰਦਾ ਚੁਗਲੀ, ਅਣਹੋਣੀਆਂ ਗੱਲਾਂ ਇਲਜ਼ਾਮ ਬਣਾ ਕੇ ਲਾ ਕੇ ਕਿਸੇ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕਰਨ ਵਾਲਾ ਮਨੁੱਖ ਜਿਹੜਾ ਉਹ ਸਮਝ ਲਏ ਕਿ ਮੇਰੇ ਅੰਦਰ ਝੂੜੀ ਆ ਬੈਠੀ ਹੈ, ਕਿਉਂਕਿ ਭਾਵੇਂ ਸਾਡੇ ਮੱਤ ਵਿੱਚ ਇਹ ਗੱਲ ਨਹੀਂ, ਪਰ ਬ੍ਰਹਮਣ ਇਜ਼ਮ ਜਿਹੜਾ ਹੈ ਉਹ ਚੂੜੀ ਘਰ ਦੇ ਸਫਾਈ ਕਰਨ ਵਾਲੀ ਨੂੰ ਵੀ, ਉਸੇ ਮਿੱਤਰ ਨੂੰ ਵੀ ਉਸੇ ਨਿਗਾਹ ਨਾਲ ਦੇਖਦਾ ਸੀ ਕਿ ਇਹਨਾਂ ਪਰਛਾਵਾਂ ਵੀ ਨਹੀਂ ਪੈਣਾ ਚਾਹੀਦਾ। ਕਹਿ ਲੱਗੇ ਪਰ ਨਿੰਦਾ ਘੱਟ ਚੂੜੀ, ਤੇ ਜੇ ਅੰਦਰ ਕ੍ਰੋਧ ਆ ਜਾਏ, ਕਹਿਣ ਲੱਗੇ ਜਿਸ ਦਿਨ ਅੰਦਰ ਕ੍ਰੋਧ ਆ ਜਾਏ, ਸਮਝ ਲਓ ਸਿਵਿਆਂ ਵਿੱਚ ਰਹਿਣ ਵਾਲਾ ਚੰਡਾਲ ਜਿਹੜਾ ਹੈ ਉਹ ਉਸਦੇ ਅੰਦਰ ਆ ਗਿਆ। ਕਹਿਣ ਲੱਗੇ ਜੇ ਭਲਿਆ ਇਹ ਸਾਰੀਆਂ ਚੀਜ਼ਾਂ ਹੈ ਬ੍ਰਾਹਮਣ ਤੇਰੇ ਕੋਲ ਨੇ, ਤੈਨੂੰ ਕ੍ਰੋਧ ਵੀ ਆਉਂਦਾ ਹੈ, ਤੂੰ ਕੁਦਾਇਆ ਵੀ ਕਰਨਾ ਹੈ, ਕਿਸਾਨ ਵਿੱਚ ਸਾਈ ਵੀ ਬਣਨਾ ਹੈ, ਮੈਂ ਦੇਖਦਾ ਕੀ ਹਾਂ ਜਦੋਂ ਤੇਰੇ ਜੀਵਨ ਦੇ ਹਰ ਪਾਸੇ ਵੱਲ ਨਿਗਾਹ ਮਾਰਨਾ ਤੇ ਮੈਂ ਕਹਿੰਦਾ ਸਾਰੀਆਂ ਚੀਜ਼ਾਂ ਤਾਂ ਤੇਰੇ ਨਾਲ ਬੈਠੀਆਂ ਨੇ, ਤੇ ਤੇਰੀ ਇਹ ਕਾਰੀ ਕੱਢੀ ਜਿਹੜੀ ਤੂੰ ਲਕੀਰ ਫੇਰੀ ਹੈ ਕਿ ਅੰਦਰ ਪਵਿੱਤਰ ਰਹਿ ਜਾਏਗਾ, ਇਹ ਕਿੱਥੋਂ ਪਵਿੱਤਰ ਰਹਿ ਗਿਆ? ਕਹਿਣ ਲੱਗੇ ਮਤ ਭਿੱਟੇ ਇਹ ਅੰਨ ਸਾਡਾ।
ਭਲਿਆ ਮੈਂ ਤੈਨੂੰ ਇੱਕ ਗੱਲ ਵਿਸ਼ਵਾਸ ਨਾਲ ਤੇਰੇ ਦਿਮਾਗ ਵਿੱਚ ਬਿਠਾ ਦੇਣਾ ਚਾਹੁੰਦਾ ਕਿ ਤੂੰ ਮਤ ਸਮਝ ਕੇ ਤੇਰੇ ਇਸ ਤਨ ਦੇ ਸੋਚ ਨਾਲ ਜਿਹਨੂੰ ਤੂੰ ਧੋ ਕੇ ਕਹਿੰਦਾ ਵੀ ਮੈਂ ਸੁੱਚਾ ਹੋ ਗਿਆ, ਜਾਂ ਆਪਣੇ ਜਨਮ ਦੀ ਸੋਚ ਰੱਖ ਕੇ ਦੂਜੇ ਨੂੰ ਜਨਮ ਦੀ ਝੂਠ ਦੇਈ ਬੈਠਾ ਕਿ ਉਹਨੇ ਫਲਾਣੇ ਦੇ ਘਰ ਜਨਮ ਲਿਆ ਇਸ ਲਈ ਝੂਠ ਹੈ। ਇਹਨਾਂ ਚੀਜ਼ਾਂ ਨਾਲ ਝੂਠ ਸੋਚ ਝੂਠ ਤੇ ਸੋਚ ਨਹੀਂ ਹੁੰਦੀ। ਜੇ ਹੁੰਦੀ ਹੋਵੇ ਇਹ ਹੈ ਕਰਮਾਂ ਤੇ ਖਲੋਤੀ ਹੋਈ। ਬਾਬਾ ਕਬੀਰ ਕਹਿੰਦੇ ਨੇ ਜੇ ਝੂਠੀ ਕਹਿਣ ਲੱਗੇ ਜਿਸ ਦਿਨ ਮੂੰਹ ਤੇ ਝੂਠ ਆ ਜਾਏ ਉਸ ਦਿਨ ਸਮਝੋ ਜ਼ਬਾਨ ਝੂਠੀ ਹੋ ਗਈ। ਗੁਰੂ ਨਾਨਕ ਨੇ ਵੀ ਇਹੋ ਗੱਲ ਆਖੀ ਸੀ, ਕਹਿਣ ਲੱਗੇ ਜੋ ਜੋਰੂ ਸਰਨਾਮ ਨੇ ਆਵੈ ਵਾਰੋ ਵਾਰ ਤੂੰ ਕਹਿਣਾ ਔਰਤ। ਜਦੋਂ ਮਹਾਮਾਰੀ ਦੇ ਦਿਨ ਹੁਣ ਝੂਠੀ ਹੁੰਦੀ ਹੈ, ਕਹਿਣ ਲੱਗੇ ਜੋ ਜੋਰੂ ਸਰਨਾਮ ਨੇ ਆਵੈ ਵਾਰੋ ਵਾਰ, ਕਹਿਣ ਲੱਗੇ ਉਹਦੀ ਝੂਠ ਤਾਂ ਮਹੀਨੇ ਵਿੱਚ ਇੱਕ ਵਾਰ ਹੁੰਦੀ ਹੈ ਤੇ ਜਦੋਂ ਤੂੰ ਝੂਠ ਬੋਲਣਾ ਹੈ ਉਹ ਸਾਰੀ ਝੂਠ ਤੇਰੇ ਮੂੰਹ ਵਿੱਚ 24 ਘੰਟੇ ਰਹਿੰਦੀ ਹੈ। ਝੂਠੇ ਝੂਠਾ ਮੁਖ ਵਸੇ ਝੂਠੇ ਝੂਠਾ ਮੁਖ ਵਸੇ ਨਿਤ ਨਿਤ ਹੋਏ ਖੁਆਰ ਸੋਚੇ ਇਹ ਨਯਾ ਕੀ ਹੈ ਬਹਿਨ ਜੇ ਪਿੰਡਾ ਧੋਏ ਜੇ ਵਾ ਝੂਠੀ ਬੋਲਤ ਝੂਠਾ ਕਰਨ ਨਿਤ ਸਭ ਝੂਠੇ। ਕਹਾਣੀ ਜਦੋਂ ਝੂਠ ਸੁਣਦੇ ਨੇ ਝੂਠੇ ਹੋ ਜਾਂਦੇ ਨੇ, ਨੇਤਰ ਜਦੋਂ ਬੁਰਾ ਦੇਖਦੇ ਨੇ ਝੂਠੇ ਹੋ ਜਾਂਦੇ ਨੇ, ਇੰਦਰੀ ਨੇ ਉਹ ਤਾਂ ਸਾਰੇ ਹੀ ਝੂਠ ਵਾਲੇ ਪਾਸੇ ਲੱਗੇ ਹੋਏ ਨੇ, ਉਹਨਾਂ ਦੀ ਝੂਠ ਤਾਂ ਉਤਰਦੇ ਨੇ। ਇਸ ਤੋਂ ਅੱਗੇ ਵਧੇ ਤੇ ਕਹਿਣ ਲੱਗੇ ਮੈਂ ਦੇਖਦਾ ਕੀ ਆ ਅਗਨ ਵੀ ਝੂਠੀ ਤੇਰੀ ਨਿਗਾਹ ਵਿੱਚ। ਗੁਰਬਾਣੀ ਅੰਦਰ ਵੀ ਇੱਕ ਲਫ਼ਜ਼ ਆਏ ਨੇ ਕਾਠੀ ਧੋਏ ਜਲਾਵੇ, ਕਿਉਂਕਿ ਇਹ ਜਿਹੜੇ ਹਿੰਦੂ ਬ੍ਰਾਹਮਣਿਜ਼ਮ ਦੇ ਸਾਧੂ ਨੇ ਉਹ ਜਦੋਂ ਅੱਗ ਬਾਲਦੇ ਨੇ ਨਾ ਧਰਤੀ ਤੇ ਚੁੱਲ੍ਹਾ ਨਹੀਂ ਕਰਦੇ, ਕਹਿੰਦੇ ਧਰਤੀ ਉੱਪਰੋਂ ਜਿਹੜੀ ਹੈ ਇਹ ਜੂਠੀ ਹੁੰਦੀ। ਇੱਥੇ ਲੋਕ ਜੇ ਪਤਾ ਨਹੀਂ ਕਿਹੜਾ ਲੰਘਿਆ ਉੱਥੋਂ ਕਿੰਨਾ ਪਰਛਾਵਾਂ ਇੱਥੇ ਪੈ ਗਿਆ, ਇਸ ਲਈ ਪਹਿਲਾਂ ਤਾਂ ਉਹ ਖੱਟਦੇ ਨੇ ਉੱਥੇ ਚੁੱਲ੍ਹੇ ਨੂੰ ਉੱਪਰ ਨਹੀਂ ਬਣਾਉਂਦੇ, ਜ਼ਮੀਨ ਨੂੰ ਖੱਟ ਕੇ ਥੱਲੇ ਡੂੰਗੀ ਕਰਦੇ ਨੇ, ਜ਼ਮੀਨ ਦਾ ਥੱਲੇ ਵਾਲਾ ਹਿੱਸਾ ਹੋਵੇ ਜਿਹਦੇ ਉੱਤੇ ਕਿਸੇ ਦਾ ਪਰਛਾਵਾਂ ਨਾ ਪਿਆ ਹੋਵੇ, ਤੇ ਫਿਰ ਕਾਠੀ ਧੋਏ ਜਲਾਵੇ। ਜਿਹੜੀ ਕਾਠੀ, ਕਾਠੀ ਦਾ ਭਾਵ ਹੁੰਦਾ ਕਾਠ ਲੱਕੜੀ, ਲੱਕੜੀ ਨੂੰ ਆਪਾਂ ਕਾਠ ਆਖਦੇ ਹਾਂ। ਉਹ ਲੱਕੜਾ ਵੀ ਜਿਹੜੀ ਉਹਦੇ ਚ ਬਾਲਦੇ ਨੇ ਪਹਿਲਾਂ ਉਹਨੂੰ ਧੋਂਦੇ ਨੇ, ਇਹ ਜੂਠੀਆਂ ਨੇ। ਕਾਠੀ ਧੋਏ ਜਲਾਵੇ ਕਹਿਣ ਲੱਗੇ ਤੇਰੀ ਨਿਗਾਹ ਵਿੱਚ ਅਗਨ ਜੂਠੀ ਹੈ, ਪਾਣੀ ਜੂਠਾ ਹੈ। ਇੱਥੇ ਸਾਡੇ ਵੀ ਤੁਸੀਂ ਹੈਰਾਨ ਹੋਵੋਗੇ, ਆ ਮੈਂ ਨਾਮ ਨਹੀਂ ਲੈਣਾ ਚਾਹੁੰਦਾ, ਸੰਪਰਦਾਈ ਲੋਕਾਂ ਨੇ ਜਿਹੜੇ ਗ੍ਰੰਥ ਬਣਾਏ ਨੇ ਉਹਦੇ ਵਿੱਚ ਅੰਮ੍ਰਿਤ ਬਣਾਉਣ ਲੱਗਿਆਂ ਵੀ ਉਹਨਾਂ ਨੇ ਬੜੀਆਂ ਪਾਬੰਦੀਆਂ ਲਾ ਦਿੱਤੀਆਂ ਨੇ, ਪਾਣੀ ਇੱਥੋਂ ਦਾ ਵਰਤਣਾ ਇੱਥੋਂ ਦਾ ਨਹੀਂ ਵਰਤਣਾ। ਇਹਦਾ ਮਤਲਬ ਅੰਮ੍ਰਿਤ ਨੂੰ ਕਿਸੇ ਥਾਂ ਦਾ ਪਾਣੀ ਝੂਠਾ ਕਰ ਸਕਦਾ ਹੈ, ਬਾਣੀ ਉਸਨੂੰ ਸੁੱਚਾ ਨਹੀਂ ਕਰ ਸਕਦੀ ਹੈ। ਪਾਣੀ ਨਹੀਂ ਵਰਤਣਾ, ਕਹਿਣ ਲੱਗੇ ਅਗਨ ਵੀ ਝੂਠਾ, ਅਗਨ ਵੀ ਝੂਠੀ, ਪਾਣੀ ਝੂਠਾ, ਝੂਠੀ ਬੈਸ ਪਕਾਇਆ, ਝੂਠੀ ਕਰਛੀ ਪਰੋਸਣ ਲੱਗ, ਉਹ ਜਦੋਂ ਹੱਥ ਲੱਗ ਗਏ ਝੂਠੀ ਔਰਤ ਦੇ ਉਹ ਕੜਛੀ ਵੀ ਝੂਠੀ ਹੋ ਗਈ ਤੇ ਉਹਨੂੰ ਖਾਣ ਵਾਲਾ ਵੀ ਝੂਠਾ ਹੋ ਗਿਆ, ਝੂਠੇ ਹੀ ਬੈਠਾਇਆ। ਕਹਿਣ ਲੱਗੇ ਇੱਥੇ ਬਸ ਨਹੀਂ, ਤੇਰੀ ਅਕਲ ਤੇ ਵਿਚਾਰ ਤੋਂ ਮੈਂ ਹੈਰਾਨ ਹਾਂ। ਕਹਿਣ ਲੱਗੇ ਗੋਬਰ ਝੂਠਾ
ਚੌਂਕਾ ਜੂਠਾ, ਇੱਕ ਪਸ਼ੂ ਦਾ ਵਿਸ਼ਟਾ ਲੈ ਕੇ ਤੂੰ ਉਹਦੇ ਨੂੰ ਲੇਪਣ ਫੇਰ ਕੇ ਆਖਣਾ ਮੇਰਾ ਚੌਂਕਾ ਹੁਣ ਸੁੱਚਾ ਹੋ ਗਿਆ। ਇਹ ਅਸੀਂ ਦੇਖਦੇ ਨੇ ਗੋਬਰ ਦਾ ਚੌਂਕਾ ਫੇਰ ਲੇਪਣ ਫੇਰਦੇ ਸਨ ਤੇ ਉਹਨੂੰ ਪਵਿੱਤਰ ਸਮਝਦੇ ਸਨ। ਕਹਿਣ ਲੱਗੇ ਗੋਬਰ ਜੂਠਾ ਚੌਂਕਾ ਜੂਠਾ ਜੂਠੀ ਦੀਨੀ ਕਾਰਾ। ਕਹਿਣ ਲੱਗੇ ਮੈਂ ਸਾਰੀਆਂ ਲਕੀਰਾਂ ਤੇਰੀਆਂ ਫੇਰੀਆਂ ਹੋਈਆਂ, ਜਦੋਂ ਦੇਖਣਾ ਤੇ ਇਹ ਸਭ ਕੁਝ ਜੂਠਾ ਹੈ ਭਰਿਆ। ਕਹਿ ਕਬੀਰ ਤੇਰੀ ਨਾਲ ਸੁੱਚੇ ਸੱਚੀ ਭਰੀ ਵਿਚਾਰਾ, ਵੀ ਜਿਹਦੇ ਕੋਲ ਸੱਚ ਦੀ ਵਿਚਾਰ ਹੈ ਸੁੱਚਾ ਤਾਂ ਉਹ ਹੈ। ਤੇਰੀਆਂ ਇਹਨਾਂ ਖਸਲਤਾਂ ਤੇ ਤੇਰੇ ਇਹਨਾਂ ਕਰਮਾਂ ਨਾਲ ਉਹ ਸੁੱਚਾ ਨਹੀਂ ਹੋ ਸਕਦਾ, ਉਹ ਤਾਂ ਪੱਖੋਂ ਜੂਠਾ ਹੀ ਜੂਠਾ ਹੈ। ਜਿੰਨੇ ਬੰਧਨ ਜਿੰਨੇ ਖਿਲਾਰੇ ਜਿੰਨੇ ਜਾਲ ਤੂੰ ਮਨੁੱਖਤਾ ਵਿੱਚ ਨਫ਼ਰਤ ਪੈਦਾ ਕਰਨ ਲਈ ਝੂਠ ਸੋਚਦੇ ਨਾਮ ਤੇ ਪੈਦਾ ਕਰ ਦਿੱਤੇ ਨੇ, ਅੱਜ ਭਰਾ ਭਰਾ ਦੇ ਨਾਲ ਬੈਠ ਕੇ ਨਹੀਂ ਖਾ ਸਕਦਾ, ਪਤੀ ਪਤਨੀ ਇਕੱਠੇ ਨਹੀਂ ਖਾ ਸਕਦੇ, ਈਵਨ ਬੱਚੇ ਵੀ ਸਾਡੇ ਵਿੱਚ ਵੀ ਐਸਾ ਇੱਕ ਤਬਕਾ ਮੈਂ ਨਾਮ ਨਾ ਲਵਾਂ ਜਿਹੜੇ ਜਿੰਨੀ ਦੇਰ ਉਸ ਬੱਚੇ ਨੂੰ ਅੰਮ੍ਰਿਤ ਨਾ ਛਕਾ ਲੈਣ, ਮਾਂ ਬਾਪ ਬੱਚੇ ਨੂੰ ਆਪਣੀ ਥਾਲੀ ਵਿੱਚ ਬੁਰਕੀ ਪਾਉਣ ਲਈ ਹੱਕ ਨਹੀਂ ਦਿੰਦੇ। ਅਜੇ ਨਾਮ ਛਕਿਆ ਭਰਿਆ ਸੋਚ ਇਸੇ ਗੱਲ ਦਾ ਜਵਾਬ ਮੇਰਾ ਦਿਲ ਚਾਹੁੰਦਾ ਹੈ। ਇਸ ਵਿਸ਼ੇ ਨੂੰ ਸਵੇਰ ਦੇ ਸਮਾਗਮ ਵਿੱਚ ਵੀ ਇਹਦਾ ਦੂਜਾ ਪੱਖ ਸੱਚ ਤੇ ਸੋਚ ਹੈ ਕਿ ਗੁਰੂ ਦਾ ਫੈਸਲਾ ਕੀ ਹੈ, ਇਹ ਤਾਂ ਹੈ ਨਾ ਬ੍ਰਾਹਮਣ ਦਾ ਫੈਸਲਾ ਜਿਹਨੂੰ ਬਾਬਾ ਕਬੀਰ ਚੈਲੰਜ ਕਰ ਰਹੇ ਨੇ। ਮੈਂ ਹੁਣ ਚਾਹੁੰਦਾ ਗੁਰੂ ਦਾ ਫੈਸਲਾ ਆਪਾਂ ਸਵੇਰੇ ਇਸੇ ਵਿਸ਼ੇ 'ਤੇ ਫਿਰ ਵਿਚਾਰੀਏ। ਬਾਬਾ ਕਬੀਰ ਅੱਜ ਇੰਨੀ ਗੱਲ ਸਵਾਲੀਆ ਫਿਕਰਾਂ ਬਣਾ ਕੇ ਬ੍ਰਾਹਮਣ ਨੂੰ ਆਖਦੇ ਨੇ ਭਰਿਆ, ਜੇ ਇਹ ਸਾਰੀਆਂ ਚੀਜ਼ਾਂ ਤੇਰੀਆਂ ਪੈਦਾ ਕੀਤੀਆਂ ਹੋਈਆਂ ਤਾਂ ਤੇਰੇ ਖਿਆਲ ਮੁਤਾਬਕ ਜੂਠੀਆਂ ਹੀ ਨੇ, ਕਿਸੇ ਨੂੰ ਕਿਸੇ ਕਿਸਮ ਦਾ ਸੂਤਕ ਲੱਗ ਜਾਂਦਾ ਹੈ ਉਹ ਜੂਠਾ ਹੈ, ਜਿਹੜਾ ਕਿਸੇ ਦਾ ਪਰਛਾਵਾਂ ਪੈ ਜਾਂਦਾ ਹੈ ਉਹ ਜੂਠਾ ਹੈ, ਤਾਂ ਫਿਰ ਸਭ ਕੁਝ ਜੂਠਾ ਹੈ, ਦੱਸ ਮੈਂ ਰੋਟੀ ਕਿੱਥੇ ਖਾਵਾਂ ਬਹਿ ਕੇ। ਸਵਾਲ ਕਰਦੇ ਨੇ ਅਤੇ ਕਹਿੰਦੇ ਨੇ ਸੱਚਾਈ ਲੌਜਿਕਤਾ ਜਿਹੜੀ ਹੈ ਗੁਰੂ ਸਮਝਾਉਣਾ ਚਾਹੁੰਦਾ ਹੈ ਭਰਿਆ। ਸਰੀਰ ਕਰਕੇ ਤੂੰ ਕਦੇ ਵੀ ਸੁੱਚਾ ਨਹੀਂ ਹੋ ਸਕਦਾ, ਅੰਤਰ ਮੈਲ ਜੇ ਤੀਰਥ ਨਾ ਵੈ ਤਿਸ ਬੈਕੁੰਠ ਨਾ ਜਾਣਾ, ਲੋਕ ਪਤਾਨ ਪਤੀ ਨੇ ਕਛੂ ਨਾ ਹੋਵੇ ਨਾ ਹੀ
ਰਾਮ ਇਆਨਾ ਆਪਣੇ ਅੰਦਰ ਦੀ ਜੂਠ ਜਿਹੜੀ ਹਰ ਵਕਤ ਤੇਰੇ ਨਾਲ ਹੈ ਉਹਨੂੰ ਜੇ ਤਣਦੀ ਜੂਠ ਮੰਨੇਗਾ ਤੇ ਕਿੱਥੇ ਛੱਡ ਕੇ ਆਵੇਗਾ। ਇਹ ਤਣਦੀ ਜੂਠ ਤਾਂ ਹਮੇਸ਼ਾ ਨਾਲ ਰਹਿਣੀ, ਇਸ ਲਈ ਸੂਚੇ ਨਾ ਰੱਖੀਏ ਬਹਿਣ ਜੇ ਪਿੰਡਾਂ ਦੋਏ। ਇਸ ਪਿੰਡੇ ਨੂੰ ਧੋ ਕੇ ਉਪਰੋਂ ਧੋ ਕੇ ਤੂੰ ਸੁੱਚਾ ਨਹੀਂ ਕਰ ਸਕਦਾ। ਗੁਰੂ ਇੱਕ ਭਰਮ ਭੁਲੇਖਾ ਜਿਹੜਾ ਬ੍ਰਾਹਮਣ ਨੇ ਪੈਦਾ ਕੀਤਾ ਸੀ ਉਹਨੂੰ ਬੜੀ ਪਵਿੱਤਰ ਲੌਜਿਕਤਾ ਨਾਲ ਸਮਝਾਉਂਦੇ ਨੇ। ਕੌਣ ਨਹੀਂ ਇਸ ਗੱਲ ਨੂੰ ਸਮਝਦਾ ਕਿ ਜਦੋਂ ਅਸੀਂ ਕੁਝ ਵੀ ਕਰਨੇ ਹਾਂ, ਕਿਤੇ ਵੀ ਜਾਂਦੇ ਹਾਂ, ਭਾਵੇਂ ਕਿਸੇ ਧਰਮ ਸਥਾਨ 'ਤੇ, ਭਾਵੇਂ ਅੰਦਰਲੀ ਵਿਸ਼ਟਾ ਅੰਦਰਲੀ ਗੰਦਗੀ 'ਚ ਅਸੀਂ ਬਾਹਰ ਨਹੀਂ ਨਾ ਕੱਢ ਕੇ ਜਾ ਸਕਦੇ, ਉਹ ਤਾਂ ਸਾਡੇ ਨਾਲ ਜਾਂਦੀ ਹੈ। ਸਤਿਗੁਰੂ ਨੇ ਆਪਣੀ ਰਸਨਾ ਤੋਂ ਕਹਿ ਦਿੱਤਾ। ਸਵੇਰੇ ਆਪਾਂ ਫਿਰ ਇਸੇ ਗੱਲ ਟੋਪਿਕ 'ਤੇ ਵਿਚਾਰ ਕਰਾਂਗੇ। ਗੁਰੂ ਨੇ ਬਾਣੀ ਅੰਦਰ ਇੱਕ ਇੱਕ ਗੱਲ ਬੜੀ ਸਪਸ਼ਟ ਅਤੇ ਲੌਜਿਕ ਕਰਕੇ ਸਮਝਾਈ ਹੈ ਤਾਂ ਕਿ ਭਰਮ ਭੁਲੇਖੇ ਵਿੱਚ ਪਏ ਕਿ ਮਨੁੱਖ ਧਰਮ ਨੂੰ ਵੀ ਭਰਮ ਨਾ ਬਣਾ ਬੈਠੇ। ਇਹਨਾਂ ਸ਼ਬਦਾਂ ਨਾਲ ਖਿਮਾ ਦਾ ਜਾ ਚੇਕਾਂ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।